ਪੰਜਾਬ ਦੇ ਵਿੱਚ ਹੁਣ ਸੜਕ 'ਤੇ ਜਾਂਦਿਆਂ ਤੁਹਾਨੂੰ ਵੀ ਘਬਰਾਉਣ ਦੀ ਕੋਈ ਲੋੜ ਨਹੀਂ, ਕਿਉਂਕਿ ਤੁਹਾਡੀ ਸੁਰੱਖਿਆ ਦੇ ਲਈ ਪੰਜਾਬ ਦੇ ਵਿੱਚ ਨਵੀਂ SSF ਜਾਣੀ ਕਿ ਸੜਕ ਸੁਰੱਖਿਆ ਫੋਰਸ ਜਿਹੜੀ ਹੈ ਉਹ ਲਾਂਚ ਹੋ ਗਈ ਹੈ। ਤੁਹਾਨੂੰ ਦੱਸ ਦਈਏ ਕਿ ਇਹ ਜਿਹੜੀ ਹੈ ਸੜਕ ਸੁਰੱਖਿਆ ਫੋਰਸ ਜਾਣੀ ਕਿ ਪੰਜਾਬ ਪੁਲਿਸ ਦੇ ਇਹ ਜਵਾਨ ਤੁਹਾਡੇ ਲਈ 24 ਘੰਟੇ ਮਦਦ ਦੇ ਲਈ ਉਪਲਬਧ ਰਹਿਣਗੇ। ਤੁਹਾਨੂੰ ਦੱਸ ਦਈਏ ਕਿ ਸੜਕ 'ਤੇ ਜਾਂਦਿਆਂ ਜੇਕਰ ਤੁਹਾਨੂੰ ਕਿਸੇ ਕਿਸਮ ਦੀ ਜਿਹੜੀ ਹੈ ਉਹ ਮਦਦ ਦੀ ਲੋੜ ਪੈਂਦੀ ਹੈ ਤਾਂ ਤੁਸੀਂ ਪੰਜਾਬ ਪੁਲਿਸ ਦੇ ਐਮਰਜੈਂਸੀ ਨੰਬਰ 'ਤੇ ਕਾਲ ਕਰਕੇ ਇਹ ਜਿਹੜੀ ਹੈ ਫੋਰਸ ਨੂੰ ਆਪਣੇ ਕੋਲ ਬੁਲਾ ਸਕਦੇ ਹੋ। ਅਤੇ ਅੱਜ ਡਿਸਟ੍ਰਿਕਟ ਸ਼ਹੀਦ ਭਗਤ ਸਿੰਘ ਨਗਰ ਦੀ ਜੋ ਗੱਡੀਆਂ ਹੈਗੀਆਂ ਸੜਕ ਸੁਰੱਖਿਆ ਫੋਰਸ ਦੀ ਉਹ ਅਲੋਟ ਹੋ ਕੇ ਆਪਣੇ ਪਾਸ ਆਈਆਂ ਹੈਗੀਆਂ। ਤੋ ਜੁਰਿਸਡਿਕਸ਼ਨਲੀ ਡਿਸਟ੍ਰਿਕਟ 'ਤੇ ਗੱਲ ਕਰੀਏ ਤੋ ਲਗਭਗ ਜੋ 3 ਗੱਡੀਆਂ ਜੋ ਹੈਗੀਆਂ ਨੈਸ਼ਨਲ ਹਾਈਵੇ 344A ਜੋ ਮਹਿਲੀ ਤੋਂ ਲੈ ਕੇ ਆਸਰੋ ਤੱਕ ਦਾ ਏਰੀਆ ਹੈਗਾ ਤੋ ਉਸਨੂੰ ਕਵਰ ਕਰਨਗੀਆਂ। ਲਗਭਗ 25 ਤੋਂ 30 ਕਿਲੋਮੀਟਰ ਦਾ ਸਟ੍ਰੈਚ ਜੋ ਹੈ ਇਹ ਗੱਡੀ ਕਵਰ ਕਰੂਗੀ। ਇਸੀ ਤਰ੍ਹਾਂ ਜੋ ਸਟੇਟ ਹਾਈਵੇ ਉਸ 'ਤੇ ਬਲਾਚੌਰ 'ਤੇ ਹੁਸ਼ਿਆਰਪੁਰ ਸੈਗਮੈਂਟ 'ਤੇ ਇਹ ਗੱਡੀ ਕਵਰ ਕਰੂਗੀ ਔਰ ਜੋ ਬਾਕੀ ਇਹ ਗੱਡੀ ਹੈਗੀ ਉਹ ਨਵਾਂਸ਼ਹਿਰ ਤੋਂ ਰਾਹੋਂ ਜੋ ਰੋਡ 'ਤੇ ਬੰਦ ਤੱਕ ਕਲੀਅਰ ਉਸਨੂੰ ਕਵਰ ਕਰੂਗੀ। ਤੋ ਟੋਟਲ 5 ਗੱਡੀਆਂ ਐਲੋਕੇਟ ਹੋਈ ਹੈ ਉਹ ਪੂਰੇ ਡਿਸਟ੍ਰਿਕਟ 'ਤੇ ਕਵਰ ਕਰੂਗੀ ਅਤੇ ਇਸ ਦਾ ਪਰਪਜ਼ ਇਹ ਹੈਗਾ SSF ਦਾ ਕਿ ਜੋ ਪ੍ਰੋਂਪਟ ਅਤੇ ਪ੍ਰੋਐਕਟਿਵ ਰਿਸਪੋਂਸ ਪੁਲਿਸ ਵੱਲੋਂ ਹੋਵੇ, ਕੋਈ ਵੀ ਐਕਸੀਡੈਂਟਲ ਕੋਈ ਇਸ਼ੂ ਹੈਗਾ ਤੋ ਇਹ ਗੱਡੀਆਂ ਪੈਟਰੋਲਿੰਗ 'ਤੇ ਵੀ ਰਹਿਣਗੀਆਂ ਅਤੇ ਜੋ ਵੀ ਫਸਟ ਇਨਫੋਰਮੇਸ਼ਨ ਸਿਸਟਮ ਹੈਗਾ 112 'ਤੇ ਵੀ ਕੋਈ ਵੀ ਕਾਲਰ ਕਾਲ ਕਰਦਾ ਹੈ ਉਹ ਇੰਟੀਗ੍ਰੇਸ਼ਨ ਹੈ ਇਹਨਾਂ ਨੂੰ ਇਨਫੋਰਮੇਸ਼ਨ ਇੰਚਾਰਜਿਸ ਨੂੰ ਮਿਲ ਜੂਗੀ। ਇਹ ਵਿਦਇਨ ਨੋ ਟਾਈਮ ਰਿਸਪੋਂਡ ਕਰਨਗੇ ਅਤੇ ਇਵੈਂਚੁਅਲੀ ਇਸ ਦੇ ਬਾਅਦ ਜੋ ਹੈਗਾ ਜੋ ਈਵਨ ਜੋ ਹਾਈਵੇਜ਼ ਦੀ ਜੋ ਇੱਕ ਸਟ੍ਰੀਮਲਾਈਨ ਇੱਕ ਮੂਵਮੈਂਟ ਹੈ ਉਹ ਠੀਕ ਰਹੇ ਇਸ ਦੇ ਲਈ ਵੀ ਇਹਨਾਂ ਨੂੰ ਟ੍ਰੇਨਿੰਗ ਦਿੱਤੀ ਜਾ ਰਹੀ ਹੈਗੀ ਹੈ ਅਤੇ ਕੁਇਕਲੀ ਮੌਕੇ 'ਤੇ ਪਹੁੰਚਣਾ ਹੈਗਾ ਅਤੇ ਮੌਕੇ 'ਤੇ ਅਗਰ ਕੋਈ ਗੱਲਬਾਤ ਲੱਗਦੀ ਹੈਗੀ ਕੋਈ ਬੋਟਲਨੈਕ ਹੈਗੀ ਉਸਨੂੰ ਵੀ ਇਹ ਠੀਕ ਕਰਾਂਗੇ। ਇਸੀ ਤਰ੍ਹਾਂ ਕੋਈ ਲੋ ਐਂਡ ਆਰਡਰ ਇਸ਼ੂ ਵੀ ਕੋਈ ਇਹਨਾਂ ਨੂੰ ਲੱਗਦਾ ਹੈਗਾ ਕਿ ਕ੍ਰੋਪ ਅਪ ਹੋ ਸਕਦਾ ਹੈਗਾ ਤਾਂ ਉਸ 'ਤੇ ਵੀ ਇਹ ਇਨੀਸ਼ੀਅਲ ਜੋ ਹੈਗਾ ਹਾਈਵੇ ਦੇ ਧਿਆਨ ਨਾਲ ਇਨੀਸ਼ੀਅਲ ਇੰਗੇਜਮੈਂਟ ਨੈਗੋਸੀਏਸ਼ਨ ਕਰਨਗੇ ਸੀਨੀਅਰ ਆਫਿਸਰ ਦੇ ਲੂਪ 'ਚ ਲਾ ਕੇ ਪ੍ਰੋਂਪਟਲੀ ਉਸ ਚੀਜ਼ ਨੂੰ ਫੋਲੋ ਅਪ ਕਰ ਲੈਣਗੇ। ਸਾਜੋ ਸਮਾਨ ਦੀ ਵੀ ਗੱਲ ਕਰੀਏ ਤਾਂ ਇਸ 'ਚ ਜੋ ਵੀ ਇੱਕ ਇਫੈਕਟਿਵ ਜੋ ਹਾਈਵੇ ਦੇ ਲਈ ਜੋ ਹੈਗਾ ਇਸ 'ਚ ਸਮਾਨ ਰੱਖਿਆ ਹੋਇਆ ਕੋਈ ਕੌਨਸ ਹੈਗੇ ਮੈਡੀਕਲ ਰਿਸਪੋਂਸ ਦੇ ਲਈ ਫਸਟ ਏਡ ਕਿੱਟ ਹੈਗੀ ਹੈ ਇਹਦੇ ਬਾਕੀ ਜੋ ਚੀਜ਼ਾਂ ਹੈਗੀ ਜੋ ਪ੍ਰੈਕਟੀਕਲ ਯੂਟੀਲਿਟੀ ਦੀ ਹਾਈਵੇਜ਼ 'ਤੇ ਹੈਗੀਆਂ ਤਾਂ ਉਹ ਸੜਕ ਸੁਰੱਖਿਆ ਦਾ ਪ੍ਰੋਪਰ ਜੋ ਹੈ 360 ਡਿਗਰੀ ਸੋਚ ਕੇ ਹੀ ਇਸ 'ਤੇ ਸਾਰਾ ਅਰੇਂਜਮੈਂਟ ਕੀਤਾ ਗਿਆ ਤੋ ਇਟਸ ਮੈਟਰ ਆਫ ਟਾਈਮ ਕਿ ਇਹ ਜਬ ਇਫੈਕਟਿਵਲੀ ਫੀਲਡ 'ਚ ਹੋ ਜਾਣਗੀ ਜਬ ਹਾਈਵੇਜ਼ 'ਤੇ ਤਾਂ ਕਾਫੀ ਇੰਪੈਕਟਫੁਲ ਪੁਲਿਸਿੰਗ ਹੋ ਜਾਊਗੀ। ਕਿੰਨੇ ਮੁਲਾਜ਼ਮ ਸਾਹਿਬ ਇਹ ਇਹ ਹਲੇ ਜੋ ਹੈ 3 ਸ਼ਿਫਟ 'ਚ ਕੰਮ ਹੋਊਗਾ 8-8 ਘੰਟੇ ਦੀ 3 ਸ਼ਿਫਟ ਲੱਗਣਗੀਆਂ ਤੋ ਇੱਕ ਸ਼ਿਫਟ 'ਚ 4 ਮੁਲਾਜ਼ਮ ਗੱਡੀ 'ਤੇ ਹੋਣਗੇ ਤੋ ਡਿਸਟ੍ਰਿਕਟ ਨੂੰ 5 ਗੱਡੀ ਜੋ ਅਲਰਟ ਹੋਈ ਹੈ ਉਸਦੇ ਕੋਰਸਪੋਂਡਿੰਗ 60 ਮੁਲਾਜ਼ਮ ਜੋ ਹੈਗੇ ਅਤੇ ਇੱਕ ਰੇਂਜ ਲੈਵਲ 'ਤੇ ਵੀ ਇੰਸਪੈਕਟਰ ਰੈਂਕ ਆਫਿਸਰ ਇਸ ਨੂੰ ਸੁਪਰਵਾਈਜ਼ ਕਰੂਗਾ ਕਿ ਡੇ ਟੂ ਡੇ ਫੰਕਸ਼ਨਿੰਗ ਕਿਸ ਤਰ੍ਹਾਂ ਹੈਗੀ ਹੈ ਅਤੇ ਡਿਸਟ੍ਰਿਕਟ ਦੇ ਜੋ ਨੋਡਲ ਆਫਿਸਰ ਹੈ ਉਹ DSP ਟ੍ਰੈਫਿਕ ਜੋ ਟ੍ਰੈਫਿਕ ਦਾ ਓਵਰਆਲ ਦੇਖਦੇ ਉਹ ਇਸ ਨੂੰ ਡੇ ਟੂ ਡੇ ਬੇਸ 'ਚ ਵੀ ਸੁਪਰਵਾਈਜ਼ ਕਰਨਗੇ।